ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਜੱਸੜ ਵਲੋਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਆਪਣੇ ਇੱਕ ਹੋਰ ਨਵੇਂ ਘੈਂਟ ਜਿਹੇ ਵਲੋਗ ਦੇ ਵਿੱਚ। ਤੇ ਜਿਵੇਂ ਕਿ ਆਪਾਂ ਨੇ ਤੁਹਾਨੂੰ ਪਿਛਲੇ ਵਲੋਗ ਦੇ ਵਿੱਚ ਕਿਹਾ ਸੀ ਕਿ ਆਪਾਂ ਨੈਕਸਟ ਵਲੋਗ ਸਮੋਕ ਦਾ ਮਤਲਬ ਟੇਪਿੰਗ ਵਗੈਰਾ ਦਾ ਬਣਾਵਾਂਗੇ, ਹੈ ਨਾ, ਸਾਰੀ ਮੋਟਰਸਾਈਕਲ ਦੀ। ਤੇ ਅੱਜ ਆਪਾਂ ਚੱਲੇ ਹਾਂ ਟੇਪ ਵਗੈਰਾ ਕਰਾਉਣ, ਇਹ ਨਾ ਖੰਨੇ ਤੇ ਇਸ ਤੋਂ ਬਾਅਦ ਦੇਖ ਲਓ, ਹਜੇ ਪਹਿਲਾਂ ਬਿਫੋਰ ਵਾਲੀ ਲੁੱਕ ਦੇਖ ਲਓ, ਬਾਕੀ ਆਪਣੇ ਨਾਲ ਭੁੱਲਰ ਅਤੇ ਜੱਗਾ ਜੱਟਾ, ਠੀਕ ਹੈ ਨਾ। ਅਤੇ ਆਪਾਂ ਚੱਲਦੇ ਹਾਂ ਫਿਰ। ਪਿਛਲੇ ਵਲੋਗ 'ਚ ਜਿਵੇਂ ਤੁਹਾਨੂੰ ਦਿਖਾਇਆ ਸੀ ਆਪਣੇ ਮਗਰਾਟ ਪੁਆਇਆ ਸੀ, ਹਾਰਨਾਂ ਦੀ ਸੈਟਿੰਗ ਕਰਾਈ ਸੀ, ਹੁਣ ਆਪਾਂ ਟੇਪ ਟੂਪ ਕਰਾਵਾਂਗੇ। ਸੋ ਆਪਾਂ ਆਪਣੀ ਮੋਟਰ ਦੇ ਲਵੇ ਆਏ ਹੋਏ ਸੀ, ਉਹ ਉੱਧਰ ਆਪਣੀ ਮੋਟਰ ਆ, ਠੀਕ ਹੈ ਜੀ। ਅਤੇ ਆਪਾਂ ਹੁਣ ਖੰਨੇ ਜਾ ਰਹੇ ਸੀਗੇ, ਚਲੋ ਫਿਰ ਆਪਾਂ ਚੱਲੀਏ ਹੁਣ, ਠੀਕ ਹੈ ਨਾ, ਚੱਲ ਫਿਰ ਚੱਲੀਏ, ਠੀਕ ਹੈ ਨਾ। ਅਤੇ ਟਾਈਮ 12 ਵੱਜ ਗਏ, ਲੇਟ ਹੋ ਗਏ ਥੋੜ੍ਹੇ ਜਿਹੇ, ਵੈਸੇ ਜਾਣਾ ਅਸੀਂ 11 ਵਜੇ ਸੀਗਾ ਕਿਉਂਕਿ ਟਾਈਮਿੰਗ ਵਗੈਰਾ ਦੇ ਵਿੱਚ ਟਾਈਮ, ਭੁੱਲਰ ਆਪਣਾ ਮੋਟਰਸਾਈਕਲ ਖੜਾਉਣ ਗਿਆ ਸੀ, ਬਾਹਲਾ ਕੰਮ ਖਰਾਬ ਕੀਤਾ ਹੋਇਆ, ਉਹਦੀ ਵੀ ਫੋਟੋ ਤੁਹਾਨੂੰ ਦਿਖਾਵਾਂਗੇ ਇੱਕ ਵਾਰੀ ਜਦ ਰੈਡੀ ਹੋ ਜਾਣ ਤੋਂ ਪਹਿਲਾਂ, ਉਹ ਵੀ ਹਾਲਾਤ ਆ ਜੰਮੇ ਇਹਨਾਂ ਨੇ, ਇੰਜਣ ਤਾਂ ਸਾਰਾ ਖੋਲਿਆ ਹੁਣ, ਇੰਜਣ ਸਾਰਾ ਖੋਲਤਾ ਬਾਈ ਪੂਰਾ। ਮਿੱਤਰੋ ਤੇ ਆਪਾਂ ਡੀਕੇ ਗ੍ਰਾਫਿਕ ਪਹੁੰਚ ਗਏ ਸੀਗੇ ਖੰਨੇ, ਤੇ ਕੰਮ ਵਾਸਤੇ ਸਟਾਰਟ ਹੋ ਗਿਆ, ਮੋਟਰਸਾਈਕਲ ਲਾ ਲਿਆ ਆਪਾਂ ਨੇ ਉਹਦੇ, ਤੇ ਕੀ ਕੁਛ ਕਰਨਾ ਉਹ ਤੁਹਾਨੂੰ ਦਿਖਾਈ ਜਾਵਾਂਗੇ ਨਾਲ ਨਾਲ। ਤੇ ਆਹ ਜੀ ਸ਼ੋਪ ਆ, ਠੀਕ ਹੈ ਨਾ, ਬਾਕੀ ਸਟਿੱਕਰ ਆਪਾਂ ਨੇ ਆਹ ਚੂਜ਼ ਕੀਤਾ, ਤੇ ਬਾਕੀ ਪੂਰੇ ਬੈਠੇ ਵਲੋਗ ਅਪਲੋਡ ਕਰ ਰਿਹਾ ਜੀ ਮੈਂ, ਬਸ ਵਲੋਗ ਅਪਲੋਡ ਹੋਣੇ ਵਾਲਾ ਹੀ ਆ, ਠੀਕ ਹੈ ਨਾ। ਅਤੇ ਬਾਕੀ ਦੇਖ ਸਕਦੇ ਅਸੀਂ ਅੰਦਰ ਆ, ਅਤੇ ਬਾਕੀ ਡਿਸਾਈਡ ਕਰ ਰਹੇ ਸੀਗੇ ਕਿੰਨੀ ਪਰਸੈਂਟ ਜਿਹੜੀ ਆ ਸਮੋਕ ਕਰੀਏ, 90 ਕਰੀਏ ਜਾਂ 50 ਕਰੀਏ। 90 ਤਾਂ ਵੀਰਾ ਕਹਿੰਦਾ ਜ਼ਿਆਦਾ ਹੋਏ ਨਹੀਂ ਆ, ਫਿਰ ਆਪਾਂ 50 'ਤੇ ਹੀ ਕਰ ਲਿਆ ਹੁਣ, ਕੀ ਦੇਖ ਸਕਦੇ ਹੋ। ਹਜੇ ਪਹਿਲਾਂ ਹੀ ਲੱਗੂਗਾ ਅਤੇ ਤੁਹਾਨੂੰ ਸਾਰੀ ਲੁੱਕ ਚੈੱਕ ਆਊਟ ਕਰਾਵਾਂਗੇ ਐਂਡ ਦੇ ਵਿੱਚ ਵਧੀਆ, ਕਿਸੇ ਲੋਕੇਸ਼ਨ 'ਤੇ ਲਿਖਾ ਕੇ ਪਹਿਲਾਂ ਹਜੇ ਸਾਰਾ ਕੁਛ ਚੱਲ ਰਿਹਾ। ਅਤੇ ਮਿੱਤਰੋ ਆਪਣੀ ਸਮੋਕ ਸਟਾਰਟ ਹੋ ਗਈ ਹੋਣੀ, ਅਤੇ ਦੇਖ ਸਕਦੇ ਹੋ ਅਸੀਂ 50% ਸਮੋਕ ਕਰਾ ਰਹੇ ਹਾਂ ਆਪਾਂ, ਅਤੇ ਥੱਲੇ ਸਿੱਧੂ ਦਾ ਸਟਿੱਕਰ ਸਾਰੇ 'ਤੇ ਹੋਊਗਾ, ਅਤੇ ਟਾਪਿਆਂ 'ਤੇ ਸਾਰਿਆਂ 'ਤੇ ਹਾਂਜੀ। ਮਿੱਤਰੋ ਦੇ ਹੁਣ ਕੰਮ ਚੱਲ ਰਿਹਾ, ਉਹ ਦੇਖ ਸਕਦੇ ਅਤੇ ਟੇਪ ਸਮੋਕ ਹੋ ਰਹੀ ਆ। ਆਪਾਂ ਨੇ ਸਵੇਰੇ ਮੋਟਰਸਾਈਕਲ ਧੋਤਾ ਸੀਗਾ ਇੱਕ ਵਾਰ ਤਾਂ, ਠੀਕ ਹੈ, ਆਪਣੇ ਫਿਰ ਵੀ ਰਸਤੇ ਦੇ ਵਿੱਚ ਆਉਂਦੇ ਆਉਂਦੇ ਥੋੜ੍ਹਾ ਜਿਹਾ ਗੰਦਾ ਹੋ ਗਿਆ, ਕੋਈ ਗੱਲ ਨਹੀਂ, ਠੀਕ ਹੈ ਜੀ। ਅਤੇ ਬਾਕੀ
ਕਾਫੀ ਮਤਲਬ ਹਜੇ ਟੈਂਕੀ ਦਾ ਕੰਮ ਹੋ ਰਿਹਾ ਦੇਖ ਸਕਦੇ ਹੋ। ਆਹ ਵਾਲਾ ਆਪਣਾ ਸਟਿੱਕਰ ਚੂਜ਼ ਕੀਤਾ ਪਰ ਆਪਾਂ ਨੇ ਲਵਾਉਣਾ ਵੈਸੇ ਦੂਸਰਾ ਸੀਗਾ ਉਹ ਅਵੇਲੇਬਲ ਨਹੀਂ ਸੀਗਾ, ਫਿਰ ਆਪਾਂ ਨੇ ਇਹ 'ਚ ਨੱਬ ਕੇ ਫਿਰ ਇਹ ਵਾਲਾ ਚੂਜ਼ ਕੀਤਾ। ਆਪਾਂ ਨੇ ਬੈਕ ਬਲੈਕ ਬੈਕਗਰਾਊਂਡ ਰੱਖਣਾ ਸੀਗਾ ਸਟਿੱਕਰ ਦਾ, ਅਤੇ ਇੰਨੀ ਚੀਜ਼ ਸੀਟ ਦੇ ਵਿੱਚ ਆ ਜੂਗੀ। ਅਤੇ ਬਾਕੀ ਤੁਹਾਨੂੰ ਨਾਂ ਦੇ ਨਾਲ ਸਾਰਾ ਕੁਛ ਦਿਖਾਈ ਜਾਊਂਗਾ ਕਿਵੇਂ ਕੀ ਲੱਗ ਰਿਹਾ ਹੈ ਨਾ, ਕਿ ਸਾਰਾ ਕੁਛ ਕੋਸਟ ਵਗੈਰਾ ਵੀ ਮੈਂ ਤੁਹਾਨੂੰ ਸਾਰੇ ਐਂਡ ਦੇ ਵਿੱਚ ਦੱਸ ਦੂੰਗਾ ਕਿੰਨੇ 'ਤੇ ਹੋਇਆ ਸਾਰਾ ਕੰਮ ਹੈ ਨਾ ਜੀ। ਅਤੇ ਬਾਕੀ ਚਲੋ ਲੱਗ ਲੈਣ ਦੀਏ ਫਿਰ ਤੁਹਾਨੂੰ ਦੱਸਦੇ। ਅਤੇ ਮਿੱਤਰੋ ਆਪਣਾ ਵਾਈਜ਼ਰ ਹੋ ਰਿਹਾ ਹੁਣ ਸਮੋਕ, ਟੈਂਕੀ ਆਪਣੀ ਦੇਖ ਸਕਦੇ ਹੋ ਇੰਨੀ ਹੋ ਗਈ। ਆਪਾਂ ਰੀਲ ਦੀ ਵੀ ਸ਼ੋਟ ਲਈ ਜਾ ਰਹੇ ਹਾਂ ਵਿੱਚ, ਅਤੇ ਜਿਹੜੇ ਆਪਾਂ ਰੀਲ ਸ਼ੂਟ ਕਰ ਰਹੇ ਹਾਂ ਉਹਦੇ ਬਈ ਤੁਹਾਨੂੰ ਆਪਣੇ ਇੰਸਟਾ ਨੂੰ ਫੋਲੋ ਕਰਨਾ ਪਊਗਾ ਹੇਅਰ ਸੁਪਸ, ਅਤੇ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦੂੰਗਾ ਅਤੇ ਬੀ ਕੇ ਗ੍ਰਾਫਿਕ ਦਾ ਵੀ ਲਿੰਕ ਪਾ ਦੂੰਗਾ, ਜਾ ਕੇ ਜ਼ਰੂਰ ਦੇਖਿਓ ਠੀਕ ਹੈ ਜੀ। ਜਦ ਤੱਕ ਇਹਨੇ ਵਲੋਗ ਨਹੀਂ ਆਉਣਾ ਤਦ ਤੱਕ ਆਪਾਂ ਰੀਲ ਅਪਲੋਡ ਕਰ ਦਾਂਗੇ ਠੀਕ ਹੈ ਜੀ, ਅਤੇ ਤੁਸੀਂ ਦੇਖਿਓ। ਅਤੇ ਵਲੋਗ ਇਹ ਆਪਾਂ ਛੇਤੀ ਹੀ ਪਾ ਦੇਣਾ, ਅਤੇ ਆਪਾਂ ਨੇ ਥੋੜ੍ਹੀ ਦੇਰ ਪਹਿਲਾਂ ਹੀ ਦੂਜਾ ਜਿਹੜਾ ਪਰਸਲਾ ਵਲੋਗ ਆ ਉਹ ਪਾ ਕੇ ਹਟਿਆ ਮੈਂ ਬਸ। ਅਤੇ ਮਿੱਤਰੋ ਕੰਮ ਚੱਲ ਰਿਹਾ ਆਪਣਾ, ਟਾਈਮ ਆਪਣਾ ਹੋ ਗਿਆ ਆਪਣਾ 3 ਵੱਜ ਗਏ ਅਤੇ ਆਪਾਂ 12 ਵਜੇ ਆਏ। ਬਾਕੀ ਇੱਧਰ ਆਪਣਾ ਉਹ ਬਣ ਰਹੇ ਆਪਣਾ ਕੀ ਕਹਿੰਦੇ ਨੇ ਸਾਈਡ ਵਾਲੇ ਟਾਪੇ ਉਹ ਹੋ ਰਹੇ ਨੇ ਸਮੋਕ, ਉੱਧਰ ਆਪਣਾ ਇੱਕ ਪਿਛਲਾ ਟਾਪਾ ਵੀ ਹੋ ਗਿਆ, ਮੂਲਾ ਵੀ ਹੋ ਗਿਆ, ਟੈਂਕੀ ਵੀ ਹੋ ਗਈ, ਕਟਿੰਗ ਰਹਿੰਦੀ ਆ ਉਹਨਾਂ ਦੀ ਕਰਨ ਵਾਲੀ ਠੀਕ ਹੈ ਜੀ। ਬਾਕੀ ਉੱਪਰੋਂ ਜਿਹੜੇ ਲੈਮੀਨੇਸ਼ਨ ਦੀ ਉੱਤਰ ਦੀ ਆ ਉਹ ਉਤਾਰਨੀ ਆ, ਆਹ ਬੜਾ ਇੱਕ ਉਹ ਪਿਆ ਢੱਕਣ। ਚਲੋ ਚੱਲ ਰਿਹਾ ਇੱਕ ਟਾਪਾ ਆ ਪਿਆ ਹਜੇ ਪਿਆ ਕੰਮ, ਅਤੇ ਨਾਲ ਦੇ ਨਾਲ ਤੁਹਾਨੂੰ ਦਿਖਾਈ ਜਾਂਦੇ ਹਾਂ। ਅਤੇ ਬਾਕੀ ਸਮਾਨ ਖਾਸਾ ਉਰੇ ਆ ਪਈਆਂ ਨੇ ਨਿਓਨ ਲਾਈਟਾਂ, ਬਾਕੀ ਉਰੇ ਸਟਿੱਕਰ ਵਗੈਰਾ ਪਏ ਨੇ ਇਹਦੇ ਵਿੱਚ ਆ ਰਹੇ। ਅਤੇ ਮਿੱਤਰੋ ਇੰਨਾ ਕੰਮ ਹੋ ਗਿਆ, ਚਲੋ ਸ਼ਾਈਨ ਚੈੱਕ ਕਰੋ ਇੰਨੇ 'ਚ ਤੁਸੀਂ ਅਜੇ ਕਿੰਨੀ ਬਣ ਗਈ ਦੇਖ ਸਕਦੇ ਹੋ। ਅਤੇ ਇੰਨਾ ਕੰਮ ਹੋ ਗਿਆ, ਬਾਕੀ ਉੱਪਰੋਂ ਲੈਮੀਨੇਸ਼ਨ ਉੱਤਰਨੀ ਹੈ ਜੀ ਤਾਰ ਦੀ। ਇੱਧਰੋਂ ਸਮੋਕ ਆ ਕਰ ਦਾਂਗੇ ਕੋਈ ਦਿੱਕਤ ਨਹੀਂ, ਸ਼ਾਈਨ ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਸ਼ਾਈਨ ਆ ਗਈ ਹੈ ਨਾ। ਅਤੇ ਇਹਦੇ ਉੱਪਰੋਂ ਵੀ ਸਟਿੱਕਰ ਜਾਂ ਉਤਰੂਗਾ ਇਹਦੀ ਲੈਮੀਨੇਸ਼ਨ ਦੀ, ਅਤੇ ਬਾਕੀ ਆਪਣੀ ਪਿਛਲੀ ਲਾਈਟ ਵੀ ਹੋਊਗੀ ਸਮੋਕ, ਅਤੇ ਉਹਦੇ ਸਟਿੱਕਰ ਵਗੈਰਾ ਲੱਗੂਗਾ। ਅਤੇ ਬਾਕੀ ਤੁਹਾਨੂੰ ਓਵਰਆਲ ਲੁੱਕ ਵੀ ਦਿਖਾਵਾਂਗੇ, ਹਜੇ ਇੱਥੇ ਟੇਪ ਦੀ ਗੱਲ ਹੈ ਜੀ। ਸਮੋਕ ਕਰਾ ਲੈਂਦੇ ਨੇ, ਟੇਪ ਕਰਾਉਣ ਤੋਂ ਬਾਅਦ ਉੱਥੇ ਹੀ ਸਮਾਨ ਸਮਾਨ ਲੋਹਾ ਲੋਹਾ ਸਭ ਲੱਗੀ ਜਾਂਦੇ ਉਹ ਫਿਰ ਆ ਜਾ ਬਾਈ ਸ਼ੁਰੂ ਕਰਦੀ।
ਆ ਸਾਡੇ ਵੀਰ ਦਾ ਪੂਰਾ ਸਾਲ ਪੂਰਾ ਹੋ ਗਿਆ ਬੀਕੇ ਗ੍ਰਾਫਿਕ ਤੋਂ। ਧਿਆਨ ਸੇ ਦੇਖੋ ਇਸ ਸਖਤ ਕੋ ਹੋ। ਹਾਂਜੀ ਮਿੱਤਰੋ, ਤੇ ਲਾਈਟ ਵੀ ਆਪਣੀ ਸਮੋਕ ਹੋ ਗਈ ਆ ਤੇ ਹੁਣ ਸਟਿੱਕਰ ਲੱਗਣਾ ਨਾਲ। ਸਟਿੱਕਰ ਆਪਾਂ ਨੇ ਚੂਜ਼ ਕੀਤਾ ਪਿਛਲੀ ਲਾਈਟ ਤੇ, ਆਪਾਂ ਨੇ ਸਾਈਜ਼ ਅਲੱਗ ਅਲੱਗ ਦੇਖੇ ਸੀਗੇ। ਆਹ ਵਾਲਾ ਆਪਾਂ ਨੇ ਸਾਈਜ਼ ਚੂਜ਼ ਕੀਤਾ, ਆਹ ਵਾਲਾ ਉਰੇ ਗੇ ਲਵਾਵਾਂਗੇ, ਆਹ ਵਾਲਾ ਪਿਛਲਾ। ਇਹ ਸਮੋਕ ਆਪਣੀ ਉੱਤਰ ਗਈ ਸੀਗੀ, ਪਹਿਲਾਂ ਵੀ ਕਰਾਈ ਸੀ ਜਦ ਆਪਾਂ ਨੇ, ਨਹੀਂ ਬਹੁਤ ਜੀ ਲੱਗੂ। ਆਹ ਠੀਕ ਆ, ਆਹ ਵਾਲੇ ਉੱਧਰ ਨੂੰ ਕਰ ਲੈਂਦੇ ਥੋੜ੍ਹਾ ਉੱਪਰ। ਕੱਲ ਤਾਂ ਬਾਅਦ ਐਂਡ ਹੋ ਗਈ, ਬਸ ਚਮਕ ਦੇਖੋ ਤੁਸੀਂ ਸ਼ਾਈਨਿੰਗ ਦਾ, ਇੱਕ ਵਾਰੀ ਚੈੱਕ ਕਰੋ ਸ਼ਾਈਨਿੰਗ ਵਾਲਾ ਤਾਂ ਕੋਕਾ ਹੀ ਜੜਿਆ ਪਿਆ ਮੈਂ ਕਹਿੰਦਾ, ਅਤੇ ਤੁਸੀਂ ਦੇਖ ਕੇ ਸਕਦੇ ਹੋ। ਠੀਕ ਹੈ ਨਾ, ਉਸਤਾਦ ਜੀ ਦੀ ਫੋਟੋ ਅਤੇ ਇੱਧਰ ਜੱਗਾ ਜਾ। ਆਪਾਂ ਮੀਟਰ ਦੀ ਸਮੋਕ ਕਰਾ ਤੇ, ਚਲੋ ਹੁਣ ਘਰਾਂ ਨੂੰ ਚਾਲੇ ਪਾਈਏ, ਚੱਲੀਏ ਫਿਰ। ਭੁੱਖ ਤਾਂ ਮੈਨੂੰ ਵੀ ਬਹੁਤ ਲੱਗੀ ਹੋਈ ਆ, ਕਰਦੇ ਆਪਾਂ ਆਏ ਹੋਏ ਹਾਂ, ਅਸੀਂ ਆਏ ਹੋਏ ਹਾਂ 12 ਵਜੇ ਦੇ, ਸਾਢੇ ਚਾਰ ਹੋ ਗਏ, ਅਤੇ ਚਲੋ ਚੱਲੀਏ ਫਿਰ। ਅਤੇ ਮਿੱਤਰੋ, ਕਰਿਆਨੇ ਦੀ ਦੁਕਾਨ 'ਤੇ ਰੁਕੇ ਸੀਗੇ, ਪਿਆਸ ਇੰਨੀ ਲੱਗੀ ਪਈ ਆ, ਅਸੀਂ ਕਿਹਾ ਥੋੜ੍ਹਾ ਜਿਹਾ ਠੰਡਾ ਪੀ ਲਈਏ, ਅਤੇ ਬਾਕੀ ਗੱਲਬਾਤ ਤਾਂ ਐਂਡ ਹੋ ਗਈ। ਹਾਂਜੀ ਮਿੱਤਰੋ, ਅਤੇ ਨੈਕਸਟ ਡੇ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ, ਅਤੇ ਬਾਕੀ ਨੈਕਸਟ ਨਹੀਂ ਹੈਗਾ, ਨੈਕਸਟ ਤੋਂ ਨੈਕਸਟ ਡੇ ਆ, ਠੀਕ ਹੈ ਜੀ। ਉੱਤਰ ਮੈਂ ਐਂਡਿੰਗ ਨਹੀਂ ਕਰ ਪਾਇਆ, ਅਤੇ ਜਿਵੇਂ ਕਿ ਦੇਖਿਆ ਸੀਗਾ ਆਪਾਂ ਸਾਰਾ ਟੇਪ ਟੂਪ ਕਰਾ ਲਿਆ ਮੋਟਰਸਾਈਕਲ, ਅਤੇ ਇੱਥੇ ਸਿੱਧੂ ਬਾਈ ਦੀ ਫੋਟੋ ਲੱਗੀ ਹੋਈ ਆ, ਬਾਕੀ ਸਾਰਾ ਕੁਛ ਆ ਇੱਥੇ, ਹਿਰਨ ਹੁਰਨ ਏ ਟੂ ਜੈੱਡ ਸਾਰਾ ਕੁਛ, ਹੈ ਨਾ। ਮਤਲਬ ਕਿ ਪਹਿਲਾਂ ਤਾਂ ਕਮੈਂਟ 'ਚ ਜ਼ਰੂਰ ਦੱਸਿਓ ਕਿ ਕਿਵੇਂ ਦੀ ਲੁੱਕ ਨਿਕਲੀ ਆ, ਠੀਕ ਹੈ ਜੀ।
ਮੈਂ ਸਮੋਕ ਨਾਲ ਸ਼ਾਈਨਿੰਗ ਤਾਂ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਠੀਕ ਹੈ ਜੀ, ਸ਼ਾਈਨਿੰਗ ਮਤਲਬ ਕਿ ਪਹਿਲਾਂ ਜਦ ਲਿੱਤਾ ਹੀ ਤੱਤ ਆ ਇਹਦੀ ਸ਼ਾਈਨ ਬਹੁਤ ਸੀਗੀ ਮੋਟਰਸਾਈਕਲ ਦੀ, ਫਿਰ ਹੁਣ ਜਾ ਕੇ ਡੱਲ ਹੋਣ ਲੱਗ ਗਈ ਸੀਗੀ ਸ਼ਾਈਨ, ਕਿਉਂਕਿ ਬਾਕੀ ਸਾਰੇ ਡੱਬਿਆਂ ਦੀ ਤਾਂ ਐਨ ਸਹੀ ਸੀ, ਇਹ ਟੈਂਕੀ ਦੀ ਡੱਲ ਹੋਣ ਲੱਗ ਗਈ ਸੀ, ਅਤੇ ਬਾਕੀ ਫਿਰ ਸਮੋਕ ਨਾਲ ਓਕੇ ਰਿਪੋਰਟ ਹੋ ਗਿਆ। ਅਤੇ ਬਹੁਤ ਘੈਂਟ ਕੰਮ ਹੋਇਆ, ਜਿਵੇਂ ਦਾ ਮੈਂ ਚਾਹੁੰਦਾ ਸੀ ਉਵੇਂ ਦਾ ਕੰਮ ਹੋਇਆ, ਫਿਨਿਸ਼ਿੰਗ ਬਹੁਤ ਵਧੀਆ ਆਈ ਆ। ਠੀਕ ਹੈ, ਸਾਰੇ ਡੱਬਿਆਂ ਦੀ ਬਹੁਤ ਫਿਨਿਸ਼ਿੰਗ ਆਈ ਆ, ਕੋਈ ਐਵੇਂ ਦਾ ਹੈ ਨਹੀਂ ਕਿ ਕਿਤੋਂ ਉਹੀ ਹੈ ਵਾ, ਮਾੜਾ ਮੋਟਾ ਥੋੜ੍ਹਾ ਜਿਹਾ ਜਿਵੇਂ ਕਿਤੋਂ ਕਿਤੋਂ ਬਬਲ ਵਗੈਰਾ ਨਿਕਲ ਜਾਂਦੇ ਹੁੰਦੇ ਜਾਂ ਫਿਰ ਕਿਤੋਂ ਮਾੜਾ ਮੋਟਾ ਖੁਰਚਿਆ ਜਾਂਦਾ ਹੁੰਦਾ, ਹੈ ਨਾ, ਉਵੇਂ ਹੋ ਗਿਆ ਸੀਗਾ। ਅਤੇ ਵੀਰੇ ਨੇ ਸਾਨੂੰ ਕਹਿ ਤਾ ਸੀਗਾ ਵੀ ਕਿ ਗ੍ਰਾਫਿਕਸ ਵਾਲੇ ਵੀਰੇ ਨੇ ਕਿ ਜੇ ਕਿਤੋਂ ਵੀ ਪ੍ਰੋਬਲਮ ਆਉਂਦੀ ਆ ਕੋਈ ਵੀ, ਤੁਸੀਂ ਮੇਰੇ ਕੋਲ ਲਿਆਇਓ, ਮੈਂ ਸਾਰਾ ਕੁਝ ਸੈੱਟ ਕਰਕੇ ਦਊਂਗਾ। ਠੀਕ ਹੈ ਜੀ, ਫਿਰ ਅਸੀਂ ਵੀਰੇ ਕੋਲ ਲੈ ਗਏ ਸੀਗੇ, ਵੀਰਾ ਮਾੜਾ ਜਿਹਾ ਨਿਕਲੇ, ਇੱਕ ਉਰੋਂ ਨਿਕਲਿਆ ਸੀ ਥੋੜ੍ਹਾ ਪੀਸ, ਅਤੇ ਉਰੋਂ ਮਾੜਾ ਜਿਹਾ ਥੋੜ੍ਹਾ ਜਿਹਾ ਬੱਬਲ ਜਿਹਾ ਉੱਠ ਖੜ੍ਹੇ ਸੀਗੇ, ਬਾਕੀ ਵੀਰੇ ਨੇ ਵੀਰਾ ਲੈ ਗਿਆ ਸੀਗਾ, ਅਤੇ ਉੱਥੇ ਜਾ ਕੇ ਵੀਰੇ ਨੇ ਸਾਰਾ ਕੁਝ ਸੈੱਟ ਕਰਤਾ, ਓਕੇ ਰਿਪੋਰਟ ਕਰਕੇ ਦਿੱਤਾ ਫਿਰ ਤੋਂ। ਅਤੇ ਬਾਕੀ ਗੱਲਬਾਤ ਪੂਰੀ ਐਂਡ ਆ। ਅਤੇ ਮੈਂ ਤਾਂ ਤੁਹਾਨੂੰ ਇੱਕੇ ਗੱਲ ਕਹੂੰਗਾ, ਜੇ ਤੁਸੀਂ ਕੰਮ ਕਰਾਉਣਾ ਹੈ ਨਾ, ਜੇ ਤੁਸੀਂ ਖੰਨੇ ਦੇ ਨੇੜੇ ਹੋ ਜਾਂ ਫਿਰ ਮੰਡੀ ਗੋਬਿੰਦਗੜ੍ਹ ਦੇ ਨੇੜੇ ਹੋ, ਹੈ ਨਾ, ਕਿਤੇ ਵੀ ਤੁਸੀਂ ਵੀ ਕੇ ਗ੍ਰਾਫਿਕ ਜ਼ਰੂਰ ਜਾਇਓ, ਵੀ ਕੇ ਗ੍ਰਾਫਿਕ ਕੰਮ ਬਹੁਤ ਵਧੀਆ ਲੱਗਿਆ ਮੈਨੂੰ ਤਾਂ। ਠੀਕ ਹੈ ਜੀ, ਅਤੇ ਵਰਾਇਟੀਆਂ ਬਹੁਤ ਨੇ, ਮਤਲਬ ਓਕੇ ਆ ਗੱਲਬਾਤ, ਸਾਰਿਆਂ ਦਾ ਨੇਚਰ ਵੀ ਬਹੁਤ ਵਧੀਆ ਬੰਦਿਆਂ ਦਾ, ਅਤੇ ਬਹੁਤ ਘੈਂਟ ਕੰਮ ਕਰਦੇ ਨੇ ਵੀਰੇ, ਪੂਰੀ ਤਸੱਲੀ ਬਖਸ਼, ਅਤੇ ਹਾਸਾ ਮਜ਼ਾਕ ਵੀ ਬਹੁਤ ਚੱਲਦਾ। ਠੀਕ ਹੈ ਜੀ, ਜ਼ਰੂਰ ਵਿਜ਼ਿਟ ਕਰਿਓ। ਠੀਕ ਹੈ ਜੀ, ਵੀ ਕੇ ਗ੍ਰਾਫਿਕ ਖੰਨਾ, ਤਾਂ ਇੱਥੇ ਥੱਲੇ ਨੰਬਰ ਆ ਰਿਹਾ ਹੋਊਗਾ ਵੀਰੇ ਦਾ, ਕੰਟੈਕਟ ਕਰ ਲਿਓ। ਠੀਕ ਹੈ ਜੀ, ਜੇ ਕੁਛ ਪੁੱਛਣਾ ਹੋਇਆ ਤਾਂ ਓਕੇ ਆ ਰਿਪੋਰਟ। ਬਾਕੀ ਤੁਸੀਂ ਮੋਟਰਸਾਈਕਲ ਕਿਵੇਂ ਦਾ ਲੱਗਿਆ, ਬਾਕੀ ਹੁਣ ਨੈਕਸਟ ਵਲੋਗ ਵੀ ਆਪਣਾ ਬਹੁਤ ਘੈਂਟ ਹੋਣੇ ਵਾਲਾ, ਅਤੇ ਉਹ ਹਜੇ ਨਹੀਂ ਮੈਂ ਦੱਸਣਾ ਕਿਹੜਾ ਕਿਹਦੇ ਉੱਪਰ ਵਲੋਗ ਆਉਣੇ ਵਾਲਾ ਨੈਕਸਟ, ਉਹ ਵੀ ਬਹੁਤ ਘੈਂਟ ਹੋਊਗਾ, ਬਸ ਤੁਸੀਂ ਦੇਖੀ ਚੱਲੋ ਕੀ ਹੋਣੇ ਵਾਲਾ ਵਾ। ਠੀਕ ਹੈ ਜੀ, ਅਤੇ ਮੈਂ ਤਾਂ ਪੂਰਾ ਖੁਸ਼ ਹਾਂ, ਮੈਂ ਤਾਂ ਕੰਮ ਦੇਖ ਕੇ। ਠੀਕ ਹੈ ਜੀ, ਓਕੇ ਆ ਰਿਪੋਰਟ, ਪੂਰੀ ਜ਼ਰੂਰ ਵਿਜ਼ਿਟ ਕਰੋ। ਠੀਕ ਹੈ ਜੀ, ਵੀ ਕੇ ਗ੍ਰਾਫਿਕਸ ਬਹੁਤ ਘੈਂਟ ਆ, ਮਿਲਦੇ ਜੀ ਫਿਰ ਨੈਕਸਟ ਵਲੋਗ ਦੇ ਵਿੱਚ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ। ਠੀਕ ਹੈ ਜੀ, ਅਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ, ਮਿਲਦੇ ਹਾਂ ਫਿਰ ਆਪਾਂ ਨੈਕਸਟ ਵਲੋਗ ਦੇ ਵਿੱਚ। ਥੈਂਕ ਯੂ ਸੋ ਮੱਚ ਫੋਰ ਵਾਚਿੰਗ, ਬਾਏ।